ਉਹ ਭਰਾਵਾ ਕੋਈ ਸੱਪ ਸੁੱਪ ਨਾ ਕੱਢ ਲਿਓ। ਹਾਂਜੀ ਭਾਜੀ, ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਦਿਨ ਅੱਜ ਹੈਗਾ ਸੋਮਵਾਰ ਤੇ ਟਾਈਮ ਹੋ ਗਿਆ ਹੁਣ 7:30 ਦਾ ਤੇ ਮੈਂ ਚੱਲਿਆ ਸੀਗਾ ਸੀਤਲਾ ਮਾਤਾ ਦੇ ਮੰਦਿਰ ਦੇ ਵਿੱਚ ਤੇ ਮੈਨੂੰ ਕਾਫੀ ਦਿਨ ਹੋ ਗਏ ਮੈਂ ਸੀਤਲਾ ਮਾਤਾ ਦੇ ਮੰਦਿਰ 'ਚ ਮੱਥਾ ਟੇਕਣ ਨਹੀਂ ਗਿਆ ਹੈਗਾ ਤੇ ਹੁਣ ਜਾਇਆ ਕਰਾਂਗੇ, ਡੇਲੀ ਜਾਇਆ ਕਰਾਂਗੇ ਹੁਣ ਜਾਂ ਸਵੇਰ ਜਾਂ ਸ਼ਾਮ ਨੂੰ, ਠੀਕ ਆ। ਤੇ ਜੇ ਅੱਜ ਸ਼ਾਮ ਨੂੰ ਪਾਣੀ ਆਉਂਦਾ ਹੋਇਆ ਤਾਂ ਮੰਦਿਰ ਵੀ ਧੋ ਕੇ ਆਵਾਂਗੇ ਪੱਕਾ। ਤੇ ਬਾਕੀ ਵਲੌਗ ਨਾਲ ਬਣੇ ਰਹੋ ਤੇ ਹੁਣ ਆਪਾਂ ਵਲੌਗ ਨੂੰ ਸਟਾਰਟ ਕਰਨ ਲੱਗੇ ਹਾਂ ਤੇ ਚਲੋ ਸਹੀ ਆ, ਐਂਡ ਤੱਕ ਦੇਖੋ ਆਪਣਾ ਵਲੌਗ। ਗਾਵਾਂ ਵਾਸਤੇ ਆਪਾਂ ਪੱਖਾ ਲਾ ਦਿੰਦੇ ਹੁੰਦੇ ਹਾਂ ਕਿਉਂਕਿ ਨਾ ਮੱਖੀਆਂ ਬਹੁਤ ਹੋ ਜਾਂਦੀਆਂ ਕਿਉਂਕਿ ਆਪਾਂ ਤਾਂ ਹੁਣ ਅੰਦਰ ਜਾ ਕੇ ਬਹਿ ਜਾਂਦੇ ਹਾਂ ਨਾ, ਇਹ ਹੁਣ ਬੋਲ ਕੇ ਤਾਂ ਆਪਾਂ ਨੂੰ ਦੱਸ ਨਹੀਂ ਸਕਦੇ ਕਿ ਜਾਨਵਰ ਹੈ ਨਾ, ਅਤੇ ਪਰ ਪੱਖਾ ਲਾਉਣਾ ਜ਼ਰੂਰੀ ਆ। ਦੇਖੋ ਉਹ ਮਸਤ ਆਪਦੇ ਪੱਠੇ ਖਾਈ ਜਾਂਦੀ ਆ, ਉਹ ਮੌਜਾਂ ਨਾਲ ਬੈਠੀ ਆ, ਉਹ ਪਰਲੀ ਵੀ ਆਪਦੇ ਪੱਠੇ ਖਾਈ ਜਾਂਦੀ ਆ, ਅਤੇ ਇਹਦੇ ਨਾਲ ਹੋਰ ਫਾਇਦਾ ਹੋ ਜਾਂਦਾ ਕਿ ਉਹ ਬੱਕਰਾ ਦੇਖੋ ਕਿੰਨਾ ਮਸਤ ਬੈਠਾ ਹੈ ਨਾ, ਪੂਰੇ ਮਜ਼ੇ ਲੈ ਰਿਹਾ ਹੈਗਾ। ਇਸੇ ਕਰਕੇ ਅਸੀਂ ਪੱਖਾ ਜਮ੍ਹਾਂ ਨਹੀਂ ਬੰਦ ਕਰਦੇ ਗੇ, ਸਾਰਾ ਦਿਨ ਪੱਖਾ ਚੱਲੀ ਜਾਂਦਾ। ਲਓ ਬਾਬੇ, ਉਹ 'ਤੇ ਆਪਾਂ ਮੰਦਿਰ ਪਹੁੰਚ ਗਏ ਹਾਂ ਅਤੇ ਚੱਲਦੇ ਹਾਂ ਮੰਦਿਰ ਦੇ। ਉਹ ਯਾਰ ਮੰਦਿਰ ਦੀ ਸਫਾਈ ਕਰਨ ਵਾਲੀ ਆ ਹੈ ਨਾ, ਪਾਣੀ ਪਤਾ ਨਹੀਂ ਹੁਣ ਆਉਂਦਾ ਕਿ ਨਹੀਂ ਯਾਰ, ਨਹੀਂ ਹੁਣ ਤਾਂ ਪਾਣੀ ਚੜਿਆ ਗਿਆ ਅਤੇ ਪਰ ਆਪਾਂ ਸ਼ਾਮ ਨੂੰ ਜ਼ਰੂਰ ਯਾਰ ਮੰਦਿਰ ਦੀ ਸਾਰੀ ਸਫਾਈ ਕਰਾਂਗੇ ਹੈ ਨਾ। ਅਤੇ ਆਹ ਜਿੰਨਾ ਵੀ ਸਮਾਨ ਪਿਆ ਗਿਆ ਇਹ ਆਪਾਂ ਰੱਖ ਦੇਵਾਂਗੇ, ਕੋਈ ਵੀ ਜਾਨਵਰ ਖਾ ਲੈਣਗੇ, ਅਤੇ ਮਾਤਾ ਸੀਤਲਾ ਦੇ ਮੰਦਿਰ ਦੀ ਸਫਾਈ ਕਰਕੇ ਜਾਵਾਂਗੇ। ਚਲੋ ਹੁਣ ਕਿਹੜਾ ਆਪਾਂ ਮੱਥਾ ਟੇਕਦੇ ਹਾਂ। ਚਲੋ ਹੁਣ ਆਪਾਂ ਚੱਲਦੇ ਹਾਂ, ਮੱਥਾ ਟੇਕ ਲਿਆ। ਗੇਟ ਤਾਂ ਲਾਉਣਾ ਜ਼ਰੂਰੀ ਆ, ਕੋਈ ਜਾਨਵਰ ਨਾ ਚਲੇ ਜਾਏ। ਲਓ ਬਾਬੇ, ਉਹਦੇ ਆਪਾਂ ਘਰ ਪਹੁੰਚ ਗਏ ਹਾਂ ਅਤੇ ਮਾਰੀਆ ਇੱਧਰ ਬੁਰਸ਼ ਕਰੀ ਜਾਂਦੀ ਆ। ਮਰੇ ਨਿਬੜੇ ਕੰਮ ਕਰ, ਮਰੇ ਨੇ ਕੰਮ ਕਰ ਨਿਬੇੜਤਾ, ਅਤੇ ਮੰਮੀ ਇੱਧਰਲੇ ਪਾਸੇ ਅਰਬੀ। ਚਲੋ ਬਹੁਤ ਵਧੀਆ, ਭਾਵੇਂ ਮੈਨੂੰ ਅਰਬੀ ਸਭ ਤੋਂ ਵਧੀਆ ਲੱਗਦੀ। ਲਓ ਬਾਬੇ, ਉਹਦਾ ਟਾਈਮ ਹੋ ਗਿਆ ਹੁਣ 8:30 ਦਾ ਅਤੇ ਮੈਂ ਹੁਣੇ ਹੁਣੇ ਨਾ ਇੰਸਟਾਗ੍ਰਾਮ 'ਤੇ ਇੱਕ ਰੀਲ ਬਣਾ ਕੇ ਆਇਆਂਗਾ ਅਤੇ ਜ਼ਰੂਰ ਦੇਖਿਓ ਮੈਂ, ਅਤੇ ਉਹ ਅਪਲੋਡ ਵੀ ਕਰਤੀ ਆ ਅਤੇ ਰੇਸ਼ਮ ਪਿੰਡੂ ਮੇਰੀ ਇੰਸਟਾਗ੍ਰਾਮ ਦੇ ਆਈਡੀ ਨਾਲੇ ਫੋਲੋ ਕਰਨ ਵਾਲੇ ਰੀਲਾਂ ਜ਼ਰੂਰ ਦੇਖਿਓ। ਅਤੇ ਚਲੋ ਹੁਣ ਆਪਾਂ ਚੱਲਦੇ ਹਾਂ ਮਾਰੀਆ ਨੂੰ ਛੱਡਣ, ਅਤੇ ਟਾਈਮ ਹੋ ਗਿਆ ਮਾਰੀਆ ਨੂੰ ਉਤਾਰਨ ਦਾ, ਅਤੇ ਚਲੋ ਚੱਲਦੇ ਹਾਂ ਮੋਟਰਸਾਈਕਲ 'ਤੇ ਮਾਰੀ ਆ ਕੇ ਕਾਰ 'ਤੇ, ਮੋਟਰਸਾਈਕਲ ਚਾਹ ਮੋਟਰਸਾਈਕਲ ਚੱਲਦੇ ਹੈਂ ਸਾਈਕਲ 'ਤੇ। ਆਹੋ ਫਿਰ ਅੱਜ ਸਾਈਕਲ ਦਾ ਤਾਂ ਫਿਰ ਹੈ ਨਹੀਂ ਗਾ, ਸਾਈਕਲ 'ਤੇ ਤਾਂ ਚੱਕਿਆਂ ਦਾ ਤੂੰ ਹੁਣ ਚੱਕੇ ਗੋਲ ਹੁੰਦੇ ਨਾ ਬਾਬੇ, ਜਦੋਂ ਮਗਰ ਭਾਲੀ ਮਾਰੀਆ ਚੱਕੇ ਚੌਰਸ ਹੋ ਜਾਣਗੇ। ਲਓ ਬਾਬੇ, ਉਹ ਤਾਂ ਮਾਰੀਆ ਨੂੰ ਆਪਾਂ ਉਤਾਰਤਾ, ਅਤੇ ਮੈਂ ਹੁਣ ਸੋਚਿਆ ਮੈਂ ਕਿਹਾ ਬਾਜ਼ਾਰ ਆਪਾਂ ਆਏ ਹਾਂ ਅਤੇ ਦਾੜੀ ਵੀ ਕਟਾ ਕੇ ਲੈ ਚੱਲੇ ਗਏ ਹੈ ਨਾ, ਅਤੇ ਫਿਰ ਜਾਣੀ ਕਿ ਫਿਰ ਆਉਣਾ ਪਊਗਾ ਵਾਪਸ, ਅਤੇ ਉਹਨਾਂ ਟਾਈਮ ਕੋਈ ਘਰੇ 2-4 ਕੰਮ ਕਰਾਂਗੇ, ਅਤੇ ਚੱਲ ਚੱਲਦੇ ਹਾਂ ਹੁਣ ਆਪਾਂ ਦੁਕਾਨ 'ਤੇ ਕਟਿੰਗ ਕਰਵਾਉਣੀ। ਉਹ ਤਾਂ ਆਪਾਂ ਪਹੁੰਚ ਗਏ ਦੁਕਾਨ 'ਤੇ ਅਤੇ ਹੁਣ ਚੱਲਦੇ ਹਾਂ। ਕਿੱਦਾਂ ਕੀ ਹਾਲ ਹੈ ਵੀਰੇ? ਵਧੀਆ ਜੀ। ਲਓ ਬਾਈ ਜੀ, ਹੁਣ ਆਪਾਂ ਚੱਲਦੇ ਹਾਂ ਕਟਿੰਗ ਕਰਵਾ ਲਈ ਆ। ਲਓ ਬਾਬੇ, ਉਹ ਤਾਂ ਆਪਾਂ ਘਰ ਆ ਗਏ ਹਾਂ, ਅਤੇ ਹੁਣ ਇਹਨਾਂ ਨੂੰ ਪਾਣੀ ਪੂਣੀ ਪਿਆਉਣੇ ਆ ਪਸ਼ੂਆਂ ਨੂੰ, ਇਹ ਕੰਮ ਕਰਨ ਨਿਬੇੜਦੇ। ਕਿਵੇਂ ਸੁੰਦਰੀ? ਹੋਏ ਮੰਦਰੀ, ਕਿਵੇਂ ਹੈਂ, ਕਿਵੇਂ ਆ, ਠੀਕ ਆ, ਸੈੱਟ ਆ? ਹੁਣ ਬੰਨੀਆਂ ਕਰਕੇ ਰਹਿੰਦੀਆਂ ਨਾ, ਹੁਣ ਉਹ ਖੜਮਾਸਤੀ ਨਹੀਂ ਕਰਦੀਆਂ। ਉਹ ਦੇਖੋ ਉਧਰਲੇ ਪਾਸੇ ਉਹਦਾ ਮੈਂ ਰੱਸਾ ਲੰਮਾ ਕਰਿਆ ਹੋਇਆ ਵੀ ਚੱਲ ਉਹ ਵੱਧ ਗੇੜੇ ਗੂੜੇ ਦੇ ਲੂੰਗੀ। ਹੈਂ ਓਏ, ਕੀ ਹਾਲ ਹੈਂ, ਕੀ ਹਾਲ ਆ, ਗੁਬਾਰਾ ਆ ਗਿਆ ਤੁਹਾਡਾ, ਹੁਣ ਕਹਿ ਕਰਨਾ ਹੈਂ। ਉਹ ਦੇਖਿਓ ਇੱਧਰ ਪੱਠੇ ਖਾਈ ਜਾਂਦੀ ਕਿਵੇਂ, ਕਿਹੜੇ ਹਿਸਾਬ ਨਾਲ ਥੱਲੇ ਬੜੀ ਖੜੀ ਆ ਮਸ਼ੀਨ ਦੇ। ਹੈਲੋ, ਕਿੱਦਾਂ ਤੂੰ ਨਹੀਂ ਮੈਨੂੰ ਚੰਗੀ ਲੱਗਦੀ? ਤੂੰ ਮੈਨੂੰ ਚੰਗਾ ਲੱਗਦਾ ਗਾ ਕਿਉਂਕਿ ਤੇਰਾ ਚਾਰ ਪਾਵਾਂਗੇ ਹੈ ਨਾ, ਚਾਰ ਪਾਵਾਂਗੇ ਤੇਰਾ ਚੰਗਾ ਸਿਆਲਾਂ 'ਚ। ਲਓ ਬਾਈ ਜੀ, ਤੇ ਹੁਣ ਆਪਾਂ ਖਾਣ ਲੱਗਿਆ ਰੋਟੀ ਦੀ, ਅਰਬੀ ਦੀ ਨਾਲ ਸਬਜ਼ੀ ਮੈਨੂੰ ਬਹੁਤ ਘੈਂਟ ਲੱਗਦੀ ਆ, ਅਤੇ ਪਰ ਆਪਾਂ ਹੁਣ ਰੋਟੀ ਇੱਕ ਅੱਧੀ ਖਾਵਾਂਗੇ ਕਿਉਂਕਿ ਅਜੇ ਮੈਂ ਵਾਲ ਕਟਾ ਕੇ ਆਇਆ ਸੀ ਨਾ, ਮੈਂ ਨਹਾਤਾ ਵੀ ਨਹੀਂ ਗਾ, ਨਹਾਤਾ ਕਿਉਂ ਨਹੀਂ ਗਾ ਪਾਪਾ, ਅਜੇ ਪੱਠੇ ਲੈਣ ਗਿਆ ਵੇ, ਕਿਉਂਕਿ ਮੈਨੂੰ ਐਂ ਹੁੰਦਾ ਜੋ ਕੁਤਰ ਕੇ ਪਾ ਕੇ ਪਸ਼ੂਆਂ ਨੂੰ ਕੰਮ ਨਿਬੇੜ ਦੇਵਾਂ ਸਾਰਾ ਹੈ ਨਾ, ਅਤੇ ਉਸ ਤੋਂ ਬਾਅਦ ਹੀ ਫਿਰ ਹੀ ਨਹਾ ਕੇ ਅਤੇ ਫਿਰ ਨਹਾ ਤੋਂ ਬਾਅਦ ਵੇਹਲੇ ਹਾਂ। ਤੜਕੇ ਨਾ ਇੱਕ ਉਹਨਾਂ ਚਿਹਰਾ ਇੱਕ ਅੱਧੀ ਰੋਟੀ ਛੱਕਦੇ ਹਾਂ, ਫਿਰ ਰੋਟੀ ਖਾਵਾਂਗੇ ਬਾਅਦ ਦੇ ਵਿੱਚ। ਲਓ ਬਾਬੇ, ਉਹਦੇ ਇਧਰਲੇ ਪਾਸੇ ਮੋਨਾ, ਉਧਰਲੇ ਪਾਸੇ ਪਾਇਲ, ਉਹਦਾ ਨਾਂ ਰੱਖਿਆ ਪਾਇਲ, ਇਹਦਾ ਨਾਂ ਕੀ ਸੀ? ਮੁਸ਼ਕਾ ਸਾਡੇ ਕੰਮ ਕਰਦੇ ਸੀ ਹੈ ਨਾ ਮੋਨਾ, ਹੋਰ ਮੋਨਾ ਕਹਿੰਦੀ ਨਾ ਕਿਤੇ ਮੇਰੇ, ਕਹਿੰਦੀ ਮੇਰੇ ਸਹੁਰੇ ਨਾ ਦੇਖ ਲੈਣ ਕਹਿੰਦੀ ਵੀਡੀਓ, ਮੈਨੂੰ ਕੁੱਟਣਗੇ। ਤੂੰ ਤਾਂ ਮੋਨਾ ਸਾਰਾ ਟੱਬਰ ਕੁੱਟਦੇ ਉਹਨਾਂ ਦਾ, ਡਰੀ ਜਾਂਦੀ ਆ। ਤੇ ਇਹਦਾ ਨਾਂ ਸੀਗਾ ਮੋਨਾ, ਤੇ ਇਹਨੂੰ ਅਸੀਂ ਛੇੜ ਦਿੰਦੇ ਸੀਗੇ, ਅਸੀਂ ਕਿਹਾ ਜਿੱਦੇ ਦੀ ਲੱਗੀ ਸਾਡੇ ਮੋਨਾ, ਨਾ ਕਣਕ ਹੋਇਆ ਨਾ ਝੋਨਾ। ਇਹ ਬਹੁਤ ਕਹਿੰਦੇ ਨੇ, ਬਹੁਤ ਚੌੜ ਕਰਦੇ ਮੋਨਾ ਨਾਲ ਅਸੀਂ, ਤੇ ਪਰ ਬਹੁਤ ਚੰਗੀ ਆ ਵਿਚਾਰੀ, ਤੇ ਬਹੁਤ ਕੰਮ ਕਰਿਆ ਨੇ ਇਹਦੇ, ਵਿਚਾਰੀ ਦੇ 4-5 ਭਰਾ ਸੀ, ਬਹੁਤ ਮਿਹਨਤ ਕਰੀ ਆ। 2010 'ਚ ਸਾਡੀ ਲੱਗੀ ਸੀ, 9 'ਚ ਉਦੋਂ ਦੀ ਕੰਮ ਕਰਦੀ ਸਾਡੇ, ਤੇ ਹੁਣ ਤਾਂ ਹਟ ਗਈ ਆ। ਇੱਧਰ ਤਾਂ ਫਿਰ ਪਾਇਲ ਤਾਂ ਫਿਰ ਪਾਇਲ ਤਾਂ ਪੈਂਟ ਸ਼ਰਟ ਪਾਈ ਫਿਰਦੀ ਆ, ਇੱਥੇ ਰੱਖ ਚੱਪ ਕੱਢ ਲਈ ਪਾਇਲ। ਇਹ ਮੰਮੀ ਆਪਣੇ 2010 'ਚ ਲੱਗੀ ਸੀ ਨਾ,
2010 ਚ ਲੱਗੀ ਸੀ ਨਾ ਖਣੀ 10 11 12 13 14 15 ਖਣੀ ਕਦੋਂ ਵਿਆਹ ਹੋਇਆ ਤਾਂ 15 ਚ ਵਿਆਹ ਹੋਇਆ ਫੇਰ ਹਟੀ ਆ ਇਹ ਆ ਵੀ ਇੱਕ ਟਾਈਮ ਹੁੰਦਾ ਸਮਾਂ ਹੁੰਦਾ ਲਾਤੇ ਲਾਤਰੀ ਆ ਦੇਖ ਮਸਤ ਹੋਈ ਬੈਠੀ ਆ ਇਹਨੂੰ ਕੋਈ ਯਾਦ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਲਓ ਬਾਬੇ ਉਹ ਤਾਂ ਟਾਈਮ ਹੋ ਗਿਆ ਹੁਣ 2:30 ਦਾ ਤੇ ਮਾਰੀ ਇਹਨੂੰ ਆਪਾਂ ਲੈ ਆਏ ਆ ਤੇ ਪਸੂ ਪਸੂ ਬੰਨ ਤੇ ਸਾਰਾ ਕੰਮ ਕਰਨ ਮੇੜਤਾ ਤੇ ਅੱਜ ਮਾਰੀ ਦਾ ਵਰਤਾ ਤੇ ਮਾਰੀ ਨੂੰ ਅੱਜ ਮੈਂ ਬਹੁਤ ਪਰੇਸ਼ਾਨ ਕਰਿਆ ਅੱਗੇ ਮੈਂ ਮਾਰੀ ਨੂੰ ਆਰੋ ਵੀ ਲੈਣ ਜਾਣਾ ਨਾ ਮੈਂ ਕੋਈ ਚੀਜ਼ ਨਹੀਂ ਖਾਣ ਨੂੰ ਲਿਆਉਂਦਾ ਅੱਜ ਮਾਰੀ ਦਾ ਵਰਤ ਸੀਗਾ ਕਾਹਦਾ ਵਰਤ ਹੁੰਦਾ ਸੀ ਸਬਜ਼ੀ ਦਾ ਸਬਜ਼ੀ ਭਗਵਾਨ ਦਾ ਅੱਜ ਵਰਤ ਸੀਗਾ ਸੋਮਵਾਰ ਦਾ ਅਤੇ ਮੈਂ ਆਉਂਦੇ ਹੋਏ ਨੇ ਸਮੋਸੇ ਲੈਣੇ ਇਹ ਬਸ ਫਿਰ ਮੋਟਰਸਾਈਕਲ 'ਤੇ ਅੱਜ ਹੀ ਲੈਣਾ ਸੀ ਖਾਣ ਪੀਣ ਨੂੰ ਅੱਗੇ ਨਹੀਂ ਲਿੱਤਾ ਖਾਣ ਨਹੀਂ ਲਿੱਤਾ ਛਾਹ ਨਹੀਂ ਲਿੱਤਾ ਅੱਜ ਮੈਨੂੰ ਪਤਾ ਸੀ ਮੈਂ ਕਿਹਾ ਵਰਤਾ ਇਹਨੇ ਹੱਥ ਨਹੀਂ ਲਾਉਣਾ ਅਤੇ ਆਪਾਂ ਟੋਰ ਨਾਲ ਸਮੋਸੇ ਖਾਵਾਂਗੇ ਅਤੇ ਫਿਰ ਜਦੋਂ ਵਾਲੀ 3-5 ਗੱਲ ਲੱਗ ਗਈ ਫਿਰ ਮੈਂ ਕੇਲੇ ਦਵਾਤੇ ਮੈਂ ਕਿਹਾ ਚੱਲ ਜਾ ਕੇ ਤੂੰ ਆਪਦਾ ਸ਼ੇਕ ਬਣਾ ਲਈ ਦੁੱਧ ਪਾ ਕੇ ਅਤੇ ਉਹ ਪੀ ਲਈ ਅਤੇ ਹੁਣ ਪੀਤੇ ਆ ਫਿਰ ਹੁਣ ਮਾੜਾ ਜਿਹਾ ਯਾਨੀ ਕਿ ਸਬਰ ਟਿਕਾਣੇ ਹੋਇਆ ਹੈ ਵਾਲੀ ਬਾਬੇ ਵਾਲੀ ਮੱਚੀ ਆਈ ਤਾਂ ਮੱਚਣਾ ਵਾਲੀ ਦੁੱਗੀ ਕਰੀ ਮਾਰੀ ਆ ਅਤੇ ਚਲੋ ਹੁਣ ਆਪਾਂ ਚੱਲਦੇ ਹਾਂ ਬੋਰਡ ਥੱਲੇ ਛਤਰੀ ਥੱਲੇ ਵੇਹਣੇ ਰੌਣਕ ਮੇਲਾ ਕੀ ਉੱਥੇ ਲਓ ਬਾਬੇ ਉਹ ਤਾਂ ਮੈਂ ਜਾਂਦਾ ਸੀਗਾ ਛਤਰੀ ਥੱਲੇ ਅਤੇ ਫਿਰ ਮੈਨੂੰ ਰਾਹ ਦੇ ਵਿੱਚ ਘੁੱਦੂ ਅਤੇ ਗੁਰਦੀਪ ਮਿਲ ਗਏ ਅਤੇ ਇਹ ਇੱਥੇ ਮੈਨੂੰ ਲੈ ਕੇ ਆਏ ਆ ਕਹਿੰਦੇ ਵੀ ਇਹਦੇ ਵਿੱਚ ਕੁਛ ਹੈਗਾ ਗਾ ਵੀ ਤੈਨੂੰ ਇੱਕ ਐਟਮ ਦਿਖਾਉਣੀ ਆ ਕੋਈ ਇਹਦੇ ਵਿੱਚ ਵੀ ਇਹੋ ਜਿਹੀ ਚੀਜ਼ ਆ ਝੁੱਗੀ ਦੇ ਵਿੱਚ ਹੁਣ ਮੈਂ ਐਂ ਸੋਚੀ ਜਾਂਦਾ ਵੀ ਇਹਦੇ ਵਿੱਚ ਹੈ ਕੀ ਇਹ ਉੱਪਰ ਝੰਡਾ ਲੱਗਿਆ ਇਹਦੇ ਕਿਸਾਨੀ ਦਾ ਕੀ ਵਰਾਇਟੀ ਨਿਕਲ ਸਕਦੇ ਚੱਲ ਵੇਹਣੇ ਆ ਕੀ ਸੱਪ ਕੱਢਦੇ ਆ ਅੰਦਰ ਉਹ ਭਰਾਵਾ ਕੋਈ ਸੱਪ ਸੁੱਪ ਨਾ ਕੱਢ ਲਿਓ ਕਦੇ ਕੋਈ ਹੋਰ ਸਿਆਪਾ ਖੜਾ ਕਰ ਦੂੰ ਇੱਥੋਂ ਇਹ ਤਾਂ ਪੱਠੇ ਇਹਦੇ 'ਚ ਲਾਈ ਬੈਠੇ ਆ ਓਏ ਇਹਦਾ ਵਾਲੀਆਂ ਵਰਾਇਟੀਆਂ ਭੈੜੀਆਂ ਇੱਥੇ ਲਾ ਜਾਂਦੇ ਕੁਦਰ ਕੇ ਓਏ ਚੱਲ ਆ ਵੀ ਕੰਮ ਲੂਟ ਆ ਓਏ ਬੜੀ ਜਗਾੜੀ ਆ ਦੋਨੇ ਜਾਣੇ ਰਾਮ ਲਖਣ ਦੋਨੇ ਜਾਣੇ ਜਗਾੜੀ ਬਹੁਤ ਆ ਲਓ ਬਾਬੇ ਉਹ ਤੇ ਸੀਲ ਮੁਰਗਾ ਦੇਖੋ ਕਿੱਡਾ ਤਕੜਾ ਯਾਰ ਹਨਾ ਕੱਦ ਕੁੱਦੀ ਬੜਾ ਓਏ ਕੁੱਡੀ ਲੰਮੀ ਤਾਂ ਹੋਣਾ ਬਾਬੇ ਹਨਾ ਓਏ ਉਹ ਚੂਚੇ ਸਾਰੇ ਸੀਲ ਹੀ ਆ ਹਨਾ ਇਹਦੀ ਆ ਦੋਨੇ ਜੋੜੀ ਆ ਆ ਕਪੜਾ ਦੋਨੇ ਇਹ ਉਹ ਗਾਂ ਇਹਨਾਂ ਦੇ ਬੇਬੀ ਆ ਹਨਾ ਬਾਬੇ ਸਖਤ ਮਿਹਨਤ ਆ ਓਏ ਕਿਵੇਂ ਖਿੱਚ ਕੇ ਲੈ ਕੇ ਆਉਂਦਾ ਓਏ ਤਾਂ ਹੀ ਤਾਂ ਇਹਨਾਂ ਦੇ ਸਿਕਸ ਪੈਕ ਬਣਦੇ ਆ ਤੇ ਕਹਿੰਦੇ ਨੇ ਬੋਡੀ ਦੇ ਜਮਾ ਫੈਟ ਨਹੀਂ ਹੁੰਦੀ ਜੀ ਐਸੇ ਕਰਕੇ ਤਾਂ ਹੁੰਦੀ ਨਹੀਂ ਮਿਹਨਤ ਹੀ ਇੰਨੀ ਇਹਨਾਂ ਦੀ ਸੁਬਾ ਸ਼ਾਮ ਮਿਹਨਤ ਆ ਦੇਖ ਲਾ ਇਹ ਹੱਥ ਦੀ ਕਮਾਈ ਅੱਜ ਕੱਲ੍ਹ ਕਿੱਥੇ ਅੱਜ ਕੱਲ੍ਹ ਦੇ ਮੁੰਡੇ ਜਵਾਕ ਮੋਟਰਸਾਈਕਲ ਤੋਂ ਲੱਤ ਨਹੀਂ ਲਾਉਂਦੇ ਇਹ ਦੋਨੇ ਫਿਰ ਰਾਮ ਲਖਣ ਕਹਿੰਦੇ ਵੀ ਇਹ ਜਿੱਦਾਂ ਆਈ ਗਰਦ ਕੱਢਣੀ ਆ ਜਿੰਨਾ ਚਿਰ ਜਿਉਂਦੇ ਆ ਨਾ ਕਹਿੰਦੇ ਆਈ ਖਲਾਰੇ ਪਾਉਣੇ ਆ ਇੱਦਾਂ ਹੀ ਕਹਿੰਦਾ ਮੱਝਾਂ ਰਹੀ ਹੋਣਗੀਆਂ ਇੱਦਾਂ ਹੀ ਤਾਂ ਵਾਲੀਆਂ ਵਰਾਇਟੀਆਂ ਭੈੜੀਆਂ ਬਾਬੇ ਉਹ ਮੈਂ ਤੇ ਘੁੱਦੂ ਆ ਗਏ ਹਾਂ ਅਤੇ ਹੁਣ ਚੱਲਦੇ ਹਾਂ ਬੋਰਡ ਥੱਲੇ ਉਹ ਬਾਬੇ ਤਾਸ਼ ਖੇਡੀ ਜਾਂਦੇ ਲਓ ਬਾਬੇ ਉਹ ਮੈਂ ਤੇ ਘੁੱਦੂ ਹੁਣ ਖੇਡਣ ਲੱਗੇ ਹਾਂ ਗੇਮ ਕੀ ਕਹਿੰਦੇ ਇਹਨੂੰ 12 ਡੀਟੀ ਦਰਸ਼ਨ ਕਰਕੇ ਨਾਲੇ ਮੱਥਾ ਟੇਕ ਆਉਣੇ ਤੇ ਨਾਲੇ ਸੋਨੂੰ ਸਾਰਿਆਂ ਨੂੰ ਦਰਸ਼ਨ ਕਰਾਉਣੇ ਲਓ ਬਾਬੇ ਉਹ ਤਾਂ ਹੁਣ ਆਪਾਂ ਚੱਲਦੇ ਹਾਂ ਬਾਜ਼ਾਰ ਅਤੇ ਬਾਜ਼ਾਰੋਂ ਲੈ ਕੇ ਆਉਂਦੇ ਹਾਂ ਆਪਾਂ ਬੀਜ ਦੀ ਕੱਲ੍ਹ ਨੂੰ ਆਪਾਂ ਪੱਠੇ ਬੀਜਣੇ ਹਾਂ ਸੁਬਹਾ ਚਰੀ ਦਾ ਬੀਜ ਲੈ ਕੇ ਆਉਣਾ ਤਾਂ ਕੁਛ ਹੋਰ ਬਾਜਰਾ ਗੁਜਰਾ ਅਤੇ ਰੂਟਾਵੇਟਰ ਮਾਰਿਆ ਵਿਆ ਅਤੇ ਕੱਲ੍ਹ ਨੂੰ ਚੱਲਾਂਗੇ ਸੁਬਹਾ ਵੇਚਣ ਮੈਂ ਤਾਂ ਹੁਣ ਸ਼ਾਮ ਨੂੰ ਲੈ ਕੇ ਰੱਖ ਲਿਆ ਕਿਉਂਕਿ ਸੁਬਹਾ ਪਰ ਉਨਾ ਟਾਈਮ ਦੁਕਾਨਾਂ ਖੁੱਲ੍ਹਾਂ 9 ਵਜੇ ਖੁੱਲ੍ਹਦੀਆਂ ਦੁਕਾਨਾਂ 9 ਵਜੇ ਤੱਕ ਇੰਨਾ ਲੇਟ ਹੋ ਜਾਂਗੇ ਹੈ ਨਾ ਅਤੇ ਧੁੱਪ ਚੜਿਆ ਆਉਂਦੀ ਆ ਠੰਡੇ ਵੀਜੇ ਆਵਾਂਗੇ ਚੱਲ ਤੋ ਬਾਬੇ ਉਹ ਤਾਂ ਆਪਾਂ ਬੀਜ ਲੈ ਆਉਂਦਾ ਚੱਲ ਲੈ ਕੇ ਰੱਖ ਅਤੇ ਹੁਣ ਮੈਂ ਤਾਂ ਮਾਰੀ ਜਾਂਦੇ ਹਾਂ ਮੰਦਰ ਉਹਦੇ ਬਰਾੜ ਆਇਆ ਸੀ ਉਹਦੇ ਬਰਾੜ ਚੱਲਿਆ ਘਰ ਨੂੰ ਹੁਣ ਉਹਦੇ ਰਾੜ ਪੂਲ 'ਚ ਇਕੱਲਾ ਇਕੱਲਾ ਨਾ ਆਇਆ ਮੈਨੂੰ ਲੈ ਕੇ ਨਹੀਂ ਗਿਆ ਹਾਂ ਵੇਲਾ ਆਪ ਇਕੱਲਾ ਨਜ਼ਾਰੇ ਲੈ ਆਇਆ ਪੂਲ 'ਚ ਮੌਜ ਨਾਲ ਗਰਮੀ ਦੇ ਨਜ਼ਾਰੇ ਲੈ ਆਇਆ ਚਲੀਏ ਵਧੀਆ ਫਿਰ ਮੰਦਰ ਚਲੋ ਬਾਬੇ ਉਹ ਬਾਬੇ ਉਹ ਤਾਂ ਆਪਾਂ ਮੰਦਰ ਆ ਗਏ ਅਤੇ ਹੁਣ ਮੱਥਾ ਟੇਕਦੇ ਹਾਂ ਮੰਦਰ 'ਚ ਜਦੋਂ Thank you.
ਉਹ ਬਾਬਿਓ ਤੇ ਆਪਾਂ ਰੋਟੀ ਪਾਣੀ ਛਕ ਲਿਆ ਤੇ ਹੁਣ ਆਪਾਂ ਆ ਕੇ ਕੁੱਦੂ ਦੇ ਘਰੇ ਤੇ ਕੁੱਦੂ ਪਾਈ ਜਾਂਦਾਗਾ ਪੱਠੇ ਤੇ ਗਰਦੀਪ ਕਰੀ ਜਾਂਦਾ ਮੱਝਾਂ ਪਿੱਛੇ ਤੇ ਫੇਰ ਚੱਲਦੇ ਆਪਾਂ ਮੰਦਿਰ ਦੇ ਵਿੱਚ ਰੋਟੀ ਪਾਣੀ ਇਹਨਾਂ ਨੇ ਵੀ ਛਕ ਲਿਆ ਤੇ ਫੇਰ ਆਪਾਂ ਚੱਲਦੇ ਜਾਲ ਆ ਗਿਆ ਉੱਤੇ ਜਿਹੜਾ ਗੰਗਾ ਚੋਂ ਲਿਆਉਂਦੇ ਆ ਤੇ ਫਿਰ ਮੰਦਿਰ ਜਾ ਕੇ ਆਉਣੇ ਬਾਬਿਓ ਤੇ ਆਪਾਂ ਮੰਦਿਰ ਪਹੁੰਚ ਗਏ ਤੇ ਕਾਪਤਾਂ ਵੀ ਆ ਗਏ ਤੇ ਇਹਦੇ ਸਤਨਾਮ ਇਸਤਰੀ ਲਓ ਬਾਬਿਓ ਤੇ ਹੁਣ ਆਪਾਂ ਲੱਗੇ ਸੀ ਬਲੌਗ ਦਾ ਐਂਡ ਕਰਨ ਤੇ ਰਾਤ ਮੈਂ ਜਾ ਆਪਣੇ ਮੰਦਿਰ ਦੇ ਵਿੱਚ ਉੱਥੋਂ ਮੈਂ ਲੇਟ ਹੋ ਗਿਆ ਆ ਕੇ ਮੈਂ ਸੌਂ ਗਿਆ ਨੀਂਦ ਆਈ ਜਾਂਦੀ ਸੀਗੀ ਤੇ ਹੁਣ ਮੈਂ ਸੁਬਾਹ ਆਏ 8:40 ਹੋ ਗਏ 20 ਮਿੰਟ ਰਹਿ ਗਏ 9 ਵਜੇ ਮੈਂ ਬਲੌਗ ਪਾਉਣ ਦਾ ਹੁਣ ਮੈਂ ਬਲੌਗ ਦੀ ਐਡੀਟਿੰਗ ਕਰੀ ਆ ਯਾਨੀ ਕਿ ਡੈਟ ਹੁਣ ਕਰਕੇ ਹਟਿਆਂਗਾ ਅਤੇ ਹਜੇ ਸੈਟਿੰਗ ਕਰਨ ਵਾਲੀ ਰਹਿੰਦੀ ਹੈ 9 ਵਜੇ ਬਲੌਗ ਵੀ ਪਾਉਣਾਗਾ ਅਤੇ ਚਲੋ ਸਹੀ ਹੈ ਅਤੇ ਹੁਣ ਆਪਾਂ ਕਰਦੇ ਹਾਂ ਬਲੌਗ ਦਾ ਐਂਡ ਅਤੇ ਹੁਣ ਆਪਾਂ ਤੁਹਾਨੂੰ ਮਿਲਾਂਗੇ ਨੈਕਸਟ ਬਲੌਗ ਦੇ ਵਿੱਚ ਓਕੇ ਬਾਏ।